ਭਲਿਓ, ਮੈਨੂੰ ਤੁਹਾਡੇ ਕਿਸੇ ਸਿਰਪਾਉ ਦੀ ਜ਼ਰੂਰਤ ਨਹੀਂ। ਜਦੋਂ ਮਾਲਕ ਨੇ ਮਹਿਲ ਬੁਲਾਇਆ, ਦਰ ਤੇ ਬੁਲਾਇਆ ਸੀ ਨਾ, ਤੇ ਉਹਨੇ ਮੈਨੂੰ ਇਹ ਆਹਰ ਦਿੱਤਾ ਸੀ, ਬੁਢੇਪੇ ਦਾ ਆਹਰ, ਵਿਕਾਰ ਨੂੰ ਕਾਰੇ ਲਾਇਆ ਸੀ। ਉਦੋਂ ਸਿਫਤ ਸਲਾਹ ਦਾ ਕੱਪੜਾ ਸਿਰਪਾਉ ਬਖਸ਼ਿਸ਼ ਕਰ ਦਿੱਤਾ ਸੀ। ਪਿਛਲੇ ਦਿਨਾਂ ਹਾਲਾਤ ਕੀ ਬਦਲ ਗਏ ਨੇ, ਅੱਜ ਅਸੀਂ ਆਪਣੇ ਧਰਮ ਅਸਥਾਨ ਤੇ ਧਰਮ ਸਿਧਾਂਤ ਨੂੰ ਕਿਸ ਤਰ੍ਹਾਂ ਦਾਅ ਤੇ ਲਾ ਕੇ ਜੀਵਨ ਬੇਅਰਥ ਗੁਜ਼ਾਰ ਰਹੇ ਹਾਂ, ਇਹ ਸਾਨੂੰ ਕਦੀ ਗਹਿਰਾਈ ਨਾਲ ਜਾਗ ਕੇ ਸਮਝ ਨਾ ਆ ਜਾਏ। ਦੋ ਤਿੰਨ ਹਫ਼ਤੇ ਪੁਰਾਣੀ ਗੱਲ ਹੈ, ਦਾਸ ਨੇ ਚਬਾਲ ਜਾਣਾ ਸੀ ਪ੍ਰੋਗਰਾਮ ਤੇ। ਸਵੇਰੇ ਸੋਚਿਆ ਦਰਬਾਰ ਸਾਹਿਬ ਨਮਸਕਾਰ ਕਰ ਜਾਵਾਂ, ਅੰਮ੍ਰਿਤ ਵੇਲੇ ਦਰਬਾਰ ਸਾਹਿਬ ਚਲੇ ਗਏ। ਉੱਥੋਂ ਦੇ ਸੇਵਾਦਾਰਾਂ ਨੇ ਬੜਾ ਮਾਣ ਸਨਮਾਨ ਕੀਤਾ, ਸਾਥ ਦਿੱਤਾ ਹਰ ਲਿਹਾਜ਼ ਨਾਲ। ਬੁਢੇਪੇ ਵਿੱਚ ਨਹੀਂ ਤਾਂ ਮੈਨੂੰ ਤੁਰ ਕੇ ਜਾਣਾ ਵੀ ਅੰਦਰ ਤੱਕ ਬੜਾ ਔਖਾ ਸੀ। ਲੈ ਗਏ, ਨਮਸਕਾਰ ਕਰਾਏ, ਸੁਭਾਵਕ ਮਾਇਆ ਭੇਟ ਕਰਨੀ ਜੋ ਮਨ ਸੀ ਸਰੀਰ ਜੇਬ ਵਿੱਚ ਕੀਤੀ। ਸਵੇਰੇ ਵੀ ਇੱਕ ਵੀਰ ਨੇ ਅੱਜ ਸਵਾਲ ਕੀਤਾ ਸੀ, ਸਵਾਲ ਬੜਾ ਖੂਬਸੂਰਤ ਸੀ। ਇੱਕ ਖਿਆਲ ਕਰਿਓ, ਸਿਰਪਾਉ ਦਾ ਅਰਥ ਵੀ ਅਸੀਂ ਗਵਾ ਦਿਓ, ਸਿਧਾਂਤ ਸਾਰੇ ਹੀ ਗਵਾ ਰਹੇ ਹਾਂ। ਮੈਨੂੰ ਤੇ ਜਦੋਂ ਉਹ ਮਿਲਿਆ, ਮੈਂ ਇਹ ਨਹੀਂ ਸੋਚਿਆ ਮੈਂ ਕੋਈ ਮਾਇਆ ਭੇਟ ਕੀਤੀ ਤੇ ਤਾਂ ਮਿਲਿਆ। ਗੁਰੂ ਕਾ ਦਰਬਾਰ ਹੈ, ਨਮਸਕਾਰ ਕੀਤੀ, ਸਿਰਪਾਉ ਦੇ ਦਿੱਤਾ। ਪਰ ਦੋ ਘੰਟੇ ਬਾਅਦ ਹੀ ਚਿੰਮਗੋਈ ਸ਼ੁਰੂ ਹੋ ਗਈ। ਜਦੋਂ ਜਥੇਦਾਰ ਸਾਹਿਬ ਜਾਂ ਪ੍ਰਧਾਨ ਸਾਹਿਬ ਨੂੰ ਪਤਾ ਲੱਗਾ ਕਿ ਪ੍ਰੋਫੈਸਰ ਦਰਸ਼ਨ ਸਿੰਘ ਆਇਆ ਸੀ, ਉਹਨੂੰ ਸਿਰਪਾਉ ਦਿੱਤਾ ਗਿਆ। ਇਹ ਕਿਉਂ ਹੋਇਆ, ਕਿਉਂ ਦਿੱਤਾ ਗਿਆ? ਇੱਕ ਆਖ ਰਿਹਾ ਸੀ ਜੀ ਭੁਲੇਖੇ ਨਾਲ ਦਿੱਤਾ ਗਿਆ, ਪਛਾਣਿਆ ਨਹੀਂ ਗਿਆ। ਦੂਜਾ ਕਹਿ ਰਿਹਾ ਸੀ ਉਹਨੇ 100 ਰੁਪਈਆ ਮੱਥਾ ਟੇਕਿਆ ਸੀ ਤਾਂ ਦਿੱਤਾ ਗਿਆ, ਕਿਉਂਕਿ ਉੱਥੋਂ ਦੇ ਨਿਯਮ ਵਿੱਚ 100 ਰੁਪਏ ਨਾਲ ਸਿਰਪਾਉ ਵਿਕਦਾ ਹੈ। ਉਹ ਭਲੇ ਉਹ ਸਿਧਾਂਤ ਕਦੋਂ ਤੱਕ ਗਵਾਓਗੇ? ਅੱਜ ਵੀ ਤੁਸੀਂ ਜਾਓ ਕਿਸੇ ਦਿਨ ਰਾਤ ਸ਼ਰਾਬ ਪੀਣ ਵਾਲੇ, ਨਸ਼ੇ ਕਰਨ ਵਾਲੇ ਮਨ ਨੂੰ, ਕਿਸੇ ਚੋਰ ਨੂੰ, ਕਿਸੇ ਪਾਕਟ ਨੂੰ। ਮੈਂ ਇਹੋ ਗੱਲ ਕਹੀ ਉਸ ਤੋਂ ਦੋ ਚਾਰ ਦਿਨ ਬਾਅਦ। ਮੈਂ ਤਾਂ ਅਰਜ਼ ਕੀਤੀ ਅੱਜ ਦੇ ਸਮਾਗਮ ਵਿੱਚ ਮੈਂ ਕੁਝ ਤੁਹਾਡੇ ਨਾਲ ਆਪਣੀਆਂ ਹੱਡ ਬੀਤੀਆਂ ਸਾਂਝੀਆਂ ਕਰਨਾ ਚਾਹੁੰਦਾ ਹਾਂ। ਕਹੀ ਕਿ ਭਰਿਓ, ਤੁਸੀਂ 100 ਰੁਪਇਆ ਕੀਮਤ ਰੱਖ ਦਿੱਤੀ ਇਸ ਰੁਪਾਉ ਦੀ, ਕੋਈ ਕੁਆਲਿਟੀ ਨਹੀਂ, ਕੋਈ ਜੀਵਨ ਦੀ ਸ਼ੈਲੀ ਨਹੀਂ। ਕੋਈ ਪਾਕਟ ਮਾਰ ਉਸੇ ਹੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਖਲੋ ਕੇ ਕਿਸੇ ਦੀ ਜੇਬ ਕੱਟ ਲੈ, 10,000 ਰੁਪਇਆ ਕੱਢੇ ਤੇ ਉਹਦੇ ਵਿੱਚੋਂ 100 ਰੁਪਇਆ ਅੰਦਰ ਜਾ ਕੇ ਮੱਥਾ ਟੇਕ ਦੇਵੇ, ਉਹਨੂੰ ਸਿਰਪਾ ਮਿਲ ਜਾਂਦਾ ਹੈ। ਤੇ ਕਿਸੇ ਗੁਰੂ ਕੇ ਢਾਡੀ ਨੂੰ ਸਿਰਪਾ ਦਿੱਤਾ ਜਾਏ ਤਾਂ ਪੁੱਛਿਆ ਜਾਂਦਾ ਕਿਉਂ ਦਿੱਤਾ ਗਿਆ? ਉਹੀ ਸਿਰਪਾ ਲਿਆ ਕੇ 100 ਰੁਪਇਆ ਮੱਥਾ ਟੇਕਣ ਵਾਲੇ ਨੂੰ, ਉੱਥੇ ਕੋਈ ਸ਼ਰਤ ਨਹੀਂ ਕਿ ਕੋਈ ਮਨੁੱਖ ਕਿਹੋ ਜਿਹਾ ਹੈ ਜੀਵਨ ਦਾ, ਕਿੱਥੋਂ ਇਹ 100 ਰੁਪਇਆ ਲੈ ਕੇ ਆਇਆ, 100 ਰੁਪਇਆ ਦਿਓ ਤੇ ਸਿਰਪਾ ਲੈ ਲਓ। ਇਹਦਾ ਮਤਲਬ 100 ਰੁਪਏ ਦੀ ਕੀਮਤ ਰਹਿ ਗਈ ਸਿਰਪਾ ਦੀ। ਗੁਰੂ ਕੋਲੋਂ ਪੁੱਛੋ, ਅਖਵਾਉਂਦੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ, ਮੇਰਾ ਹੋਰ ਕੋਈ ਮਕਸਦ ਨਹੀਂ, ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਛਾਣੋ। ਗੁਰੂ ਇਹ ਆਖ ਰਿਹਾ, ਪਹਿਰ ਸਿਰ ਪਾਓ ਸੇਵਕ ਜਨ ਮੇਲੇ, ਪਹਿਰ ਸਿਰ ਪਾਓ ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਹਾਰੇ। ਸੇਵਕ ਨੂੰ ਮਿਲਿਆ ਜਾਂਦਾ ਸਿਰ ਪਾਓ ਦੇ ਕੇ, ਸੇਵਕ ਨੂੰ, ਸੇਵਾ ਕਰਨ ਵਾਲੇ ਨੂੰ ਗਲਵਕ। ਹਾਲਾਂਕਿ ਆਪਣੇ ਸਮੇਂ ਅੰਦਰ ਮੈਂ ਆਪਣੇ ਵੱਲੋਂ ਲਿਖਤੀ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਗੱਲ ਕਹੀ ਸੀ ਕਿ ਭਲੇ ਉਹ 100-100 ਰੁਪਏ ਦਾ ਸਿਰਪਾਉ ਵੇਚਣਾ ਬੰਦ ਕਰੋ। ਇੱਕ ਅਮੀਰ ਸਿਰਪਾਉ ਲੈਂਦਾ ਜਦੋਂ ਮੱਥਾ ਟੇਕ ਕੇ ਕਿਸੇ ਗਰੀਬ ਨੂੰ ਕੋਲ,
ਖਲੋਤੇ ਹਾਂ, ਇਹ ਖਿਆਲ ਨਹੀਂ ਹੁੰਦਾ, ਉਹ ਨੋਟਾਂ ਵੱਲ ਨਹੀਂ ਵੇਖਦਾ ਇਹਨੇ ਕਿੰਨਾ ਵੱਡਾ ਨੋਟ ਪੇ ਕੀਤਾ। ਉਹ ਸਮਝਦਾ ਵੀ ਇੱਥੋਂ ਖੌਰੇ ਸਿਰ ਉਪਾਅ ਮਿਲ ਜਾਂਦਾ, ਇਸ ਲਈ ਬਾਅਦ ਵਿੱਚ ਉਹ ਵੀ ਹੱਥੇ ਉਹ ਕਰ ਦਿੰਦਾ, ਮੈਨੂੰ ਵੀ ਦੇ ਦਿਓ। ਉਹਨੂੰ ਜਵਾਬ ਦੇ ਦਿੱਤਾ ਜਾਂਦਾ, ਕਿਉਂਕਿ ਤੂੰ 100 ਰੁਪਇਆ ਭੇਟ ਕਰਨ ਯੋਗਾ ਨਹੀਂ। ਇਸ ਲਈ ਗੁਰੂ ਘਰ ਦੇ ਸਿਧਾਂਤ ਦੀ ਇਹ ਬੇਅਦਬੀ ਨਾ ਕਰੋ, ਇੱਥੋਂ ਇਸ ਤਰ੍ਹਾਂ 100-100 ਰੁਪਏ ਵਿੱਚ ਸਿਰ ਪਾਓ ਨਾ ਵੇਚੋ। ਤੁਸੀਂ ਪਰਚੀਆਂ ਬਣਾ ਦਿਓ ਛੋਟੀਆਂ ਛੋਟੀਆਂ, ਬਾਹਰ ਸੇਵਾਦਾਰ ਮੁਖੀ ਠਹਿਰਾ ਦਿਓ, ਜਿਹੜਾ ਪਰਿਕਰਮਾ ਵਿੱਚ ਝਾੜੂ ਦੇਵੇ, ਜਿਹੜਾ ਪਰਿਕਰਮਾ ਵਿੱਚ ਆ ਕੇ ਧੁਆਈ ਕਰੇ, ਉਹਨੂੰ ਉਹ ਸੇਵਾਦਾਰ ਪਰਚੀ ਦੇਵੇ ਅਤੇ ਉਹ ਪਰਚੀ ਲਿਆ ਕੇ ਸੇਵਾ ਦੇ ਬਦਲੇ ਵਿੱਚ ਸਿਰ ਪਾਓ ਲੈ ਜਾਏ। ਇਹ ਵੀ ਗੱਲ ਮੁਸ਼ਕਲ ਨਜ਼ਰ ਆਈ ਉਹਨਾਂ ਨੂੰ, ਆਖਿਰ ਜੀ ਆਮਦਨ ਘੱਟ ਜਾਏਗੀ। ਉਹ ਭਰਿਓ, 5.5 ਅਰਬ ਦਾ ਅੱਜ ਬਜਟ ਹੋਵੇ ਜਿਹੜਾ ਕਿਸੇ ਸਰਕਾਰ ਦਾ ਵੀ, ਸਟੇਟ ਸਰਕਾਰ ਦਾ ਨਹੀਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 5.5 ਅਰਬ ਦਾ ਬਜਟ ਹੈ, 6 ਦੇ ਨੇੜੇ ਪਹੁੰਚ ਗਿਆ। ਤੇ ਉਹ ਇਹ ਆਖੇ ਅਸੀਂ 100 ਰੁਪਏ ਦਾ ਸਿਰਪਾਓ ਜ਼ਰੂਰ ਵੇਚਣਾ ਹੈ, ਕਿਉਂਕਿ ਨਹੀਂ ਤਾਂ ਨੁਕਸਾਨ ਹੋ ਜਾਏਗਾ। ਉਸ ਨੁਕਸਾਨ ਨੂੰ ਬਚਾਉਣ ਲਈ ਮੈਂ ਆਪਣੇ ਵੱਲੋਂ ਇਹ ਰਾਏ ਵੀ ਦਿੱਤੀ ਉਸ ਸਮੇਂ ਅੰਦਰ ਆਪਣੀ ਸੇਵਾ ਕਾਲ ਦੇ ਦਰਮਿਆਨ, ਜੇ ਤੁਸੀਂ ਜ਼ਰੂਰੀ ਵੇਚਣਾ ਤਾਂ ਦਰਬਾਰ ਸਾਹਿਬ ਦੀ ਬੇਅਦਬੀ ਨਾ ਕਰਾਓ। ਅੱਜ ਇੱਥੇ ਕੜਾਹ ਪ੍ਰਸ਼ਾਦ ਵੇਚਦੇ ਹੋ ਨਾ, ਉੱਥੇ ਵੀ ਤਾਂ ਲੋਕ ਰੁਪਇਆ ਦੇ ਕੇ, ਪੈਸੇ ਦੇ ਕੇ ਕੜਾਹ ਪ੍ਰਸ਼ਾਦ ਲਿਆਉਂਦੇ। ਜਿੱਥੇ ਕੜਾਹ ਪ੍ਰਸ਼ਾਦ ਵੇਚਦੇ ਹੋ ਉੱਥੇ ਹੀ ਸਿਰ ਪਾਓ ਰੱਖ ਦਿਓ, 100 ਰੁਪਇਆ ਕੋਈ ਦੇਵੇ ਅਤੇ ਸਿਰ ਪਾਓ ਲੈ ਆਵੇ, ਅਤੇ ਲੋਕਾਂ ਦੇ ਸਾਹਮਣੇ ਭੁਲੇਖਾ ਤਾਂ ਨਾ ਪਵੇ, ਉਹ ਆਪਣਾ ਸਿਰ ਪਾਓ ਲਿਆਵੇ ਅਤੇ ਆ ਕੇ ਨਮਸਕਾਰ ਕਰਕੇ ਲੈ ਜਾਏ, ਕਿਸੇ ਨੂੰ ਵੇਖਣ ਵਾਲੇ ਨੂੰ ਪਤਾ ਹੋਵੇ ਕਿ ਆਪਣਾ ਨਾਲ ਲਿਆਇਆ ਸੀ, ਨਾਲ ਹੀ ਲੈ ਕੇ ਆਇਆ। ਇੱਥੇ ਗੁਰੂ ਕੇ ਦਰਬਾਰ ਅੰਦਰ ਬੇਅਦਬੀ ਜਿਹੜੀ ਅੱਜ ਤੱਕ ਹੋ ਰਹੀ, ਔਰ ਇਹ ਮੇਰੀ ਸਿਰਫ 3 ਹਫ਼ਤੇ ਪੁਰਾਣੀ ਹੱਡ ਬੀਤੀ ਹੈ, ਅਜੇ ਤੱਕ ਉਹ ਚਰਚਾ ਚੱਲ ਰਿਹਾ ਕਿ ਜਿਹੜਾ ਸਿਰਪਾਓ ਦਿੱਤਾ ਗਿਆ ਕਿਵੇਂ ਦਿੱਤਾ ਗਿਆ, ਉਸ ਵਿਅਕਤੀ ਨੂੰ, ਉਸ ਸੇਵਾਦਾਰ ਨੂੰ ਜਿਹਨੇ ਸਿਰਪਾਓ ਦਿੱਤਾ, ਹੁਣ ਉੱਥੋਂ ਹਟਾ ਦਿੱਤਾ ਗਿਆ, ਉਹਦੀ ਨੌਕਰੀ ਤੋਂ ਉਹਨੂੰ ਬਰਖਾਸਤ ਕਰ ਦਿੱਤਾ ਗਿਆ, ਤੂੰ ਸਿਰਪਾਓ ਕਿਉਂ ਦਿੱਤਾ? ਉਹ ਕਹਿੰਦਾ ਜੀ ਮੈਨੂੰ ਤੁਸੀਂ ਉੱਥੇ ਲਾਇਆ ਕਿ ਸਿਰਪਾਓ ਜਿਹੜਾ 100 ਰੁਪਇਆ ਮੱਥਾ ਟੇਕ ਕੇ ਉਹਨੂੰ ਦੇਣਾ ਹੀ ਦੇਣਾ ਹੈ, ਕੋਈ ਉਹਦੇ ਧਰਮ ਦਾ ਨਾਂ ਨਹੀਂ, ਕੋਈ ਉਹਦੇ ਕਰਮ ਦਾ ਨਾਂ ਨਹੀਂ, ਕੋਈ ਇਹ ਨਹੀਂ ਕਿ ਕਿਹੜੇ ਧਰਮ ਦਾ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਜਿਹੜਾ ਵੀ 100 ਰੁਪਇਆ ਮੱਥਾ ਟੇਕ ਕੇ ਉਹਨੂੰ ਤੂੰ ਦੇਣਾ ਹੀ ਦੇਣਾ, ਇਸ ਤੋਂ ਜ਼ਿਆਦਾ ਮੈਂ ਹੋਰ ਕੀ ਕਰ ਸਕਦਾ ਸਾਂ? ਉਹਨਾਂ ਨੇ 100 ਰੁਪਏ ਤੂੰ ਉੱਤੇ ਮੱਥਾ ਟੇਕਿਆ, ਮੈਂ ਦੇ ਦਿੱਤਾ। ਇਹ ਹਾਲਤ ਹੈ ਸਾਡੇ ਅਸਥਾਨਾਂ ਦੀ। ਉਹ ਭਰਿਓ, ਸੱਚ ਨੂੰ ਪਛਾਣੋ ਅਤੇ ਸੱਚ ਨੂੰ ਕਿਵੇਂ ਸਿੰਘਾਸਨ 'ਤੇ ਬਿਠਾਉਣਾ, ਇਹ ਕਿਸੇ ਹੋਰ ਦੀ ਡਿਊਟੀ ਨਹੀਂ। ਨਹੀਂ ਤਾਂ ਆਹਿਸਤਾ ਆਹਿਸਤਾ ਲੋਕ ਧਰਮ ਅਸਥਾਨਾਂ ਨਾਲੋਂ ਵੀ, ਧਰਮ ਨਾਲੋਂ ਵੀ ਟੁੱਟਣਗੇ। ਖਿਆਲ ਕਰਿਓ, ਪਾਣੀ ਮਾਰੀ ਖੇਤੀ ਵਾਂਗੂ ਅਸੀਂ ਧਰਮ ਦੇ ਨਾਮ 'ਤੇ ਅਧਰਮੀ ਨਾ ਹੋ ਜਾਈਏ। ਮੇਰੇ ਤਾਂ ਸਾਰਾ ਜੀਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਲਈ ਸੀ, ਬਲਕਿ ਮੈਂ ਉਸ ਵੀਰ ਨੂੰ ਜਿਹਨੇ ਅੱਜ ਸਵੇਰੇ ਸਵਾਲ ਕੀਤਾ ਸੀ ਉਹਦੇ ਸਾਹਮਣੇ ਅਰਜ਼ ਕਰਨਾ ਚਾਹੁੰਦਾ, ਗੁਰਬਾਣੀ ਤਾਂ ਇਹ ਗੱਲ ਆਖ ਰਹੀ ਹੈ, ਸੱਚੀ ਸਿਫਤ ਸਲਾਹ ਕੱਪੜਾ ਪਾ, ਸੱਚੀ ਸਿਫਤ ਸਲਾਹ ਦਾ ਕੱਪੜਾ ਸਿਰ ਪਾਓ ਬਣਦਾ ਹੈ। ਕਿਸੇ ਰੁਪਏ ਜਾਂ ਕਿਸੇ ਸਿਆਸਤ ਜਾਂ ਸੰਸਾਰਿਕ ਕਿਸੇ ਗੱਦੀ ਸਿੰਘਾਸਨ ਨੂੰ ਸਿਰ ਪਾਓ ਭੇਟ ਨਹੀਂ ਹੁੰਦਾ। ਮੈਂ ਇਸੇ ਲਈ ਕਈ ਵਾਰ ਕਰਨਾ, ਕਈ ਵੀਰ ਸਟੇਜਾਂ 'ਤੇ ਗੱਲ ਆਖਦੇ ਫਲਾਣ ਨੂੰ ਸਿਰ ਪਾਓ ਭੇਟ ਕੀਤਾ ਜਾਏਗਾ, ਬਿਲਕੁਲ ਨਹੀਂ, ਸਿਰ ਪਾਓ ਭੇਟ ਨਹੀਂ ਹੁੰਦਾ, ਸਿਰ ਪਾਓ ਬਖਸ਼ਿਸ਼ ਹੁੰਦਾ ਹੈ, ਸਿਰ ਪਾਓ ਬਖਸ਼ਿਸ਼ ਹੁੰਦਾ ਹੈ। ਇਹ ਜਿਸ ਨੂੰ ਨਸੀਬ ਹੋਵੇ ਉਹ ਮਨੁੱਖ ਸਿਰ ਝੁਕਾ ਕੇ ਬਖਸ਼ਿਸ਼ ਸਮਝ ਕੇ ਲਵੇ, ਜਦੋਂ ਉਹ 100 ਰੁਪਏ ਦੇ ਬਦਲੇ ਵਿੱਚ ਲਏਗਾ ਉਦੋਂ ਆਖੇਗਾ ਨਹੀਂ ਮੈਂ ਤਾਂ 100 ਰੁਪਏ ਦਾ ਇਸ ਰੁਪਾ ਉਹ ਖਰੀਦਿਆ ਹੈ, ਬਖਸ਼ਿਸ਼ ਉੱਡ ਜਾਏਗੀ। ਇਸ ਲਈ ਉਹ ਵੀਰ ਨੂੰ ਇਹ ਅਰਜ਼ ਕਰਨਾ ਚਾਹੁੰਦਾ, ਬੜਾ ਕਲੀਅਰ ਫੈਸਲਾ ਹੈ ਗੁਰਬਾਣੀ ਦਾ, ਕਿਸੇ ਰੁਪਏ ਪੈਸੇ, ਕਿਸੇ ਅਮੀਰੀ, ਕਿਸੇ ਚੰਗੀ ਪਦਵੀ, ਕਿਸੇ ਸਿਆਸਤਦਾਨ ਨੂੰ ਸਿਰ ਪਾਓ ਨਹੀਂ ਦਿੱਤਾ ਜਾ ਸਕਦਾ, ਉਹਦੀ ਖੁਸ਼ਾਮਦ ਕੀਤੀ ਜਾ ਸਕਦੀ ਹੈ, ਉਹਨੂੰ 2 ਗਜ਼ ਦਾ ਪੀਲਾ ਪਟਕਾ ਦਿੱਤਾ ਜਾ ਸਕਦਾ, ਲੇਕਿਨ ਸਿਰ ਪਾਓ ਤਾਂ ਕੇਵਲ ਬਖਸ਼ਿਸ਼ ਹੀ ਹੁੰਦਾ ਹੈ ਜਿਹੜਾ ਗੁਰੂ ਵੱਲੋਂ ਹੁੰਦਾ, ਜੇ ਤੁਸੀਂ ਕਾਇਮ ਕਰ ਸਕੋ। ਵੇਖਾ ਵੇਖੀ ਆਮ ਗੁਰਦੁਆਰਿਆਂ ਵਿੱਚ ਵੀ ਸ਼ੁਰੂ ਹੋ ਗਿਆ, ਕੋਈ ਵੱਡਾ ਸਿਆਸਤਦਾਨ ਆ ਜਾਏ ਉਹਨੂੰ ਸਿਰ ਪਾਓ ਦਿੰਦੇ, ਜੀ ਸਿਰ ਪਾਓ ਦਿੱਤਾ ਗਿਆ। ਸਿਰ ਪਾਓ ਕਿਸੇ ਸਿਆਸਤਦਾਨ ਨੂੰ ਨਹੀਂ ਮਿਲਦਾ, ਦੱਸੋ ਬਾਬਰ ਨੂੰ ਮਿਲਿਆ ਹੋਵੇ,
ਦੱਸੋ ਅਕਬਰ ਨੂੰ ਮਿਲਿਆ ਹੋਵੇ, ਸਿਰਪਾਓ ਨਹੀਂ ਮਿਲਦਾ, ਸਿਰਪਾਓ ਤਾਂ ਕੇਵਲ ਬਖਸ਼ਿਸ਼ ਦਾ ਹੁੰਦਾ। ਵਕਤ ਦੀ ਹਕੂਮਤ, ਵਕਤ ਦੀ ਸ਼ਹਿਨਸ਼ਾਹੀ, ਵਕਤ ਦੀ ਸਿਆਸਤ ਅੱਗੇ ਸਿਰ ਝੁਕਾ ਕੇ ਤੁਰਨਾ, ਤੇ ਜਾਂ ਦੂਜੇ ਲਫ਼ਜ਼ਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਿਹੜਾ ਜਿਹਦੇ ਅਧੀਨ ਨੇ, ਜਿੱਥੋਂ ਤਨਖਾਹ ਆਉਂਦੀ ਹੈ, ਇਸ ਲਈ ਉਹਨਾਂ ਅੱਗੇ ਸਿਰ ਝੁਕਾ ਕੇ ਤੁਰਨਾ। ਅੱਜ ਜੇ ਸਾਡੀਆਂ ਧਾਰਮਿਕ ਪਦਵੀਆਂ 'ਤੇ ਰਾਜ ਕਰ ਰਿਹਾ ਤਾਂ ਇੱਕ ਸਿਆਸਤਦਾਨ, ਦੂਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ, ਅਤੇ ਮੇਰੇ ਵਿਗਾੜ ਦਾ ਕਾਰਨ ਕੀ ਸੀ? ਕਿਉਂਕਿ ਦੋਨੋਂ ਧਿਰਾਂ ਜਿਹੜੀਆਂ ਨੇ ਇਹ ਆਪਣੀ ਮਨੋਪਲੀ ਬਣਾ ਬੈਠੀਆਂ ਨੇ ਕਿ ਇਸ ਥਾਂ 'ਤੇ ਉਹੀ ਜਥੇਦਾਰ ਰਹਿ ਸਕਦਾ, ਉਹੀ ਟਿਕ ਸਕਦਾ, ਜਾਂ ਉਹ ਸਿਆਸਤਦਾਨਾਂ ਦੇ ਅੱਗੇ ਵੀ ਸਿਰ ਝੁਕਾ ਕੇ ਉਹਨਾਂ ਦਾ ਹੁਕਮ ਮੰਨੇ, ਅਤੇ ਉਹ ਵਕਤ ਦੇ ਪ੍ਰਧਾਨ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਗੂ ਹੈ ਉਹਦੇ ਅੱਗੇ ਵੀ ਸਿਰ ਝੁਕਾ ਕੇ ਤੁਰੇ। ਅਤੇ ਮੇਰਾ ਟਕਰਾਓ ਹੀ ਉਹਨਾਂ ਨਾਲ ਇਸੇ ਗੱਲੋਂ ਸੀ, ਜੇ ਮੈਂ ਤਲਬ ਕੀਤਾ ਤਾਂ ਮੇਰੇ ਆਪਣੇ ਸਮੇਂ ਅੰਦਰ ਕੇਵਲ ਇੱਕੋ ਆਦਮੀ ਤਲਬ ਹੋਇਆ, ਉਹ ਬਰਨਾਲਾ, ਸੁਰਜੀਤ ਸਿੰਘ ਬਰਨਾਲਾ। ਅਤੇ ਸੁਰਜੀਤ ਸਿੰਘ ਬਰਨਾਲਾ ਕੌਣ ਸੀ? ਵਕਤ ਦਾ ਚੀਫ ਮਿਨਿਸਟਰ ਹੈ, ਅੱਜ ਵਕਤ ਦੇ ਚੀਫ ਮਿਨਿਸਟਰ ਦੇ ਸਾਹਮਣੇ ਹੱਥ ਜੋੜ ਕੇ ਖੜੇ ਨੇ ਧਾਰਮਿਕ ਪਦਵੀਆਂ ਵਾਲੇ, ਇਹ ਵੀ ਤਾਂ ਨਾਲ ਦੇਖੋ, ਅੱਜ ਵਕਤ ਦੀਆਂ ਪਦਵੀਆਂ ਦੇ ਸਾਹਮਣੇ ਹੱਥ ਜੋੜ ਕੇ ਖਲੋਤੇ ਨੇ ਸਾਡੇ ਧਾਰਮਿਕ ਪਦਵੀਆਂ ਵਾਲੇ। ਅਤੇ ਜੇ ਮੇਰੇ ਸਮੇਂ ਅੰਦਰ ਤਲਬ ਹੋਇਆ ਤਾਂ ਇੱਕ ਸੁਰਜੀਤ ਸਿੰਘ ਬਰਨਾਲਾ ਜਿਹੜਾ ਉਸ ਵਕਤ ਚੀਫ ਮਿਨਿਸਟਰ ਸੀ, ਅਤੇ ਉਹ ਵੀ ਕੌਮੀ ਸੰਘਰਸ਼ ਵਿੱਚ, ਕਿਉਂਕਿ ਕਾਂਗਰਸ ਨਾਲ ਮਿਲ ਕੇ ਚੱਲ ਰਿਹਾ ਸੀ, ਜਿਹੜੀ ਗੱਲ ਸਾ ਵਕਤ ਦੇ ਹਾਲਾਤ ਮੁਤਾਬਕ 84 ਦੇ ਉਹਨਾਂ ਹਾਲਾਤਾਂ ਦੇ ਸਾਡੇ ਸਾਹਮਣੇ ਖੂਨ ਅਜੇ ਸੁੱਕਿਆ ਨਹੀਂ ਸੀ ਧਰਤੀ ਤੋਂ, ਅਤੇ ਅਸੀਂ ਰਾਜ ਭਾਗ ਲਈ ਕਾਂਗਰਸ ਨਾਲ ਅਤੇ ਵਕਤ ਦੀ ਹਕੂਮਤ ਨਾਲ ਸੌਦਾ ਕਰ ਲਿਆ, ਜਿਹੜੀ ਗੱਲ ਚੰਗੀ ਨਹੀਂ ਸੀ ਮਿਲਦੀ, ਕਿਸੇ ਆਪਣੀ ਜ਼ਾਤ ਲਈ, ਕਿਸੇ ਪ੍ਰਾਈਵੇਟ ਸ਼ਿਕਾਇਤ ਲਈ ਉਹਨੂੰ ਨਹੀਂ ਸੀ ਤਲਬ ਕੀਤਾ, ਇਸ ਕਾਜ ਲਈ ਤਲਬ ਕੀਤਾ, ਅਤੇ ਕਿਹੜੀ ਅਜੀਬ ਗੱਲ ਹੈ, ਕੀਤਾ ਵੀ ਉਸਨੂੰ ਜਿਹੜਾ ਵਕਤ ਦਾ ਪੰਜਾਬ ਦਾ ਬਾਦਸ਼ਾਹ ਸੀ। ਅਤੇ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ ਉਸ ਵਕਤ ਗੁਰਚਰਨ ਸਿੰਘ ਟੋੜਾ। ਹੁਣ ਤੁਸੀਂ ਤੱਕਿਓ, ਮੈਂ ਆਪਣੀ ਕਹਾਣੀ ਤੁਹਾਡੇ ਨਾਲ ਕਿਵੇਂ ਸਾਂਝੀ ਕਰਨਾ ਚਾਹੁੰਦਾ, ਇਹਦੀ ਵਾਕਫੀਤ ਵੀ ਹੋਣਾ ਤੁਹਾਨੂੰ ਬਹੁਤ ਦੂਰ। ਕਈ ਲੋਕ ਮੇਰੇ ਸੰਬੰਧੀ ਤੁਹਾਡੇ ਸਾਹਮਣੇ ਵੀ ਸਵਾਲ ਕਰ ਜਾਂਦੇ ਨੇ, ਤੁਹਾਨੂੰ ਪਤਾ ਹੋਣਾ ਚਾਹੀਦਾ। ਜੇ ਮੈਂ ਤਲਬ ਕੀਤਾ ਸੁਰਜੀਤ ਸਿੰਘ ਬਰਨਾਲੇ ਨੂੰ, ਤੇ ਉਹ ਵਕਤ ਦੀ ਹਕੂਮਤ ਦਾ ਮਾਲਕ ਸੀ, ਜੇ ਝੋਕੇ ਤੁਰਨ ਵਾਲਾ ਹੁੰਦਾ ਮੈਂ ਵੀ ਉਹਨਾਂ ਦੀ ਗੁਲਾਮੀ ਕਰ ਸਕਦਾ ਸਾਂ। ਤੇ ਦੂਜਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੀ ਉਹ ਸੀ ਗੁਰਚਰਨ ਸਿੰਘ ਟੋੜਾ। ਉਹਨਾਂ ਦੇ ਮੇਰੇ ਦਰਮਿਆਨ ਵੀ ਹੋਰ ਕੋਈ ਦੂਰ, ਉਹ ਲੋਕ ਹਿਲੇ ਹੋਏ ਸਨ ਆਪਣੇ ਅੱਗੇ ਝੁਕਾ ਕੇ ਰੱਖਣ, ਮੈਨੂੰ ਅਜੇ ਤੱਕ ਹੱਡ ਬੀਜੀ ਦਾ ਮਸਲਾ ਹੈ। ਇੱਥੋਂ ਦੇ ਇਸ ਰਹਿਣ ਵਾਲੇ ਮੇਰੇ ਬਹੁਤ ਨਜ਼ਦੀਕੀ ਮਿੱਤਰ ਪ੍ਰਿੰਸੀਪਲ ਸਤਬੀਰ ਸਿੰਘ ਜੀ, ਤੁਹਾਡੇ ਕਾਨਪੁਰ ਦੇ ਰਹਿਣ ਵਸਨੀਕ ਦੇ ਮੇਰੇ ਬਹੁਤ ਨਜ਼ਦੀਕ ਸਨ। ਗੁਰਚਰਨ ਸਿੰਘ ਟੋੜਾ ਜੇਲ੍ਹ ਵਿੱਚ ਸਨ, ਅਤੇ ਜੇਲ੍ਹ ਬਦਲ ਕੇ ਉਹਨਾਂ ਨਿਦਾਮਪੁਰ ਜ਼ਿਲ੍ਹੇ ਵਿੱਚ ਪਟਿਆਲੇ ਦੇ ਨਾਲ ਲੈ ਜਾਂਦਾ, ਉੱਥੇ ਜੇਲ੍ਹ ਵਿੱਚ ਲੈ ਜਾਂਦਾ। ਅਤੇ ਇਸ ਤੋਂ ਪਹਿਲਾਂ ਕਦੀ ਜੇਲ੍ਹ ਵਿੱਚ ਜਾਣ ਦਾ ਸਵਾਲ ਖੜਾ ਹੋਇਆ ਤਾਂ ਸਭ ਤੋਂ ਪਹਿਲਾਂ ਜੋਧਪੁਰ ਦੇ ਕੈਦੀਆਂ ਵੱਲੋਂ ਚਿੱਠੀ ਆਈ ਕਿ ਸਾਨੂੰ ਅੰਦਰ ਬਹੁਤ ਤਕਲੀਫਾਂ ਨੇ ਜੇਲ੍ਹ ਵਿੱਚ, ਨੌਜਵਾਨਾਂ ਵੱਲੋਂ ਜਿਹੜੇ ਸੰਘਰਸ਼ ਵਿੱਚ ਜੇਲ੍ਹਾਂ ਵਿੱਚ ਸਨ, ਅਤੇ ਸਾਡੀ ਸਾਰ ਲਾਈਨ ਕੋਈ ਨਹੀਂ ਆਇਆ, ਸਾਨੂੰ ਬਹੁਤ ਸਾਰੇ ਸਮਾਨ ਦੀ ਲੋੜ ਹੈ, ਉਹ ਸਾਨੂੰ ਸਮਾਨ ਵੀ ਵਕਤ ਸਿਰ ਨਹੀਂ ਮਿਲਦਾ। ਦੂਜੇ ਪਾਸੇ ਸਰਕਾਰ ਇਹ ਚਾਹੁੰਦੀ ਸੀ ਕਿ ਅਕਾਲ ਤਖ਼ਤ ਦੇ ਜਥੇਦਾਰ ਦੀ ਤੋਹੀਨ ਕੀਤੀ ਜਾਏ। ਉਹਨਾਂ ਨੇ ਇਹੋ ਜਿਹੇ ਸਾਰੇ ਨਿਯਮ ਬਣਾਏ ਹੋਏ ਸਨ, ਇੱਥੇ ਮੋਹਰ ਲਵਾਉਣੀ ਪਏਗੀ, ਹੱਥ ਦੇ ਉੱਤੇ ਆਪਣੇ ਨਿਸ਼ਾਨ ਲਵਾਉਣਾ ਪਏਗਾ, ਛੋਟੀ ਬਾਰੀ ਥਾਣੀ ਅੰਦਰ ਲੰਘ ਕੇ ਜਾਂ, ਬਹੁਤ ਕੁਝ ਕੀਤਾ ਹੋਇਆ ਤਾਂ ਕਿ ਇਸ ਕਿਸਮ ਦੀ ਕੋਈ ਵਕਤ ਆ ਹੀ ਨਾ ਸਕੇ। ਮੈਂ ਸੋਚੀ ਪੈ ਗਿਆ ਕਿ ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਨਾ ਹੋਵੇ, ਇਹ ਨਾਮ ਨਾਲ ਜੁੜਦਾ ਹੈ, ਉੱਥੋਂ ਦੀ ਮਹਾਨਤਾ ਨੂੰ ਕਾਇਮ ਰੱਖਣਾ ਸੇਵਾਦਾਰ ਦਾ ਕੰਮ ਹੈ। ਜੋਧਪੁਰ ਦੇ ਕੈਦੀਆਂ ਲਈ ਜੋ ਸਮਾਨ ਉਹਨਾਂ ਨੇ ਲਿਖਿਆ ਸਾਰਾ ਇੰਤਜ਼ਾਮ ਕਰ ਦਿੱਤਾ, ਉੱਥੇ ਪਹੁੰਚਾ ਦਿੱਤਾ, ਇਹ ਵੀ ਨਾਲ ਮੈਸੇਜ ਭੇਜਿਆ ਕਿ ਜਿਹੜੀ ਜਿਹੜੀ ਚੀਜ਼ ਦੀ ਅੱਗੋਂ ਦੀ ਲੋੜ ਹੋਵੇ ਤੁਸੀਂ ਮੈਨੂੰ ਭੇਜਣਾ, ਮੈਸੇਜ ਭੇਜਣਾ, ਜ਼ਰੂਰ ਪਹੁੰਚੇਗੀ, ਜ਼ਰੂਰ ਪਹੁੰਚੇਗੀ। ਉਹਨਾਂ ਨੂੰ ਜਿੱਠਿਆ। ਉਸ ਤੋਂ ਬਾਅਦ ਇੱਕ ਵਾਰ ਜਾ ਰਹੇ ਸਾਂ ਦੇਹਰਾਦੂਨ ਪ੍ਰੋਗਰਾਮ 'ਤੇ, ਰਸਤੇ ਵਿੱਚ ਇੱਕ ਗੈਸਟ ਹਾਊਸ ਵਿੱਚ ਬਾਦਲ ਸਾਹਿਬ ਨੂੰ ਉਹਨਾਂ ਨੇ ਰੱਖਿਆ ਹੋਇਆ ਸੀ। ਮੈਨੂੰ ਨਾਲ ਦੇ ਸਾਥੀਆਂ ਵਿੱਚੋਂ ਮਨਜੀਤ ਸਿੰਘ ਤਰਨ ਤਾਰਨ ਸਨ, ਉਹਨਾਂ ਆਖਿਆ ਇੱਥੇ ਨਜ਼ਦੀਕ ਹੀ 10 ਕੁ ਮੀਲ ਦਾ ਸਫ਼ਰ ਹੈ, ਜੰਗਲ ਵਿੱਚ ਇੱਕ ਗੈਸਟ ਹਾਊਸ ਹੈ, ਉੱਥੇ ਬਾਦਲ ਸਾਹਿਬ ਨੂੰ ਉਹਨਾਂ ਰੱਖਿਆ ਹੋਇਆ, ਆਪਾਂ ਜੇ ਉੱਧਰੋਂ ਮਿਲਦੇ ਜਾਈਏ। ਮੈਂ ਆਖਿਆ ਜੇ ਮੈਂ ਨੌਜਵਾਨ ਬੱਚਿਆਂ ਨੂੰ ਮਿਲਣ ਨਹੀਂ ਗਿਆ ਜੇਲ੍ਹ ਵਿੱਚ,
नहीं जा सकिया। तो फिर मैं एक बादल साहब नूं मिलन जावांगा तो लोग आखणगे भी ये सियासी आगुआ की खुशामद कर रहा है, नौजवान संघर्षशील जिहड़े ने जिन्होंने कुरबानियां दित्तियां ने उहदी कोई उहनां दी कोई परवाह नहीं, इसलिए नहीं जाना। बादल साहब दे भी ना गया गल की मैं जिते पुज रहा सा नदामपुर गुरचरण सिंह टौड़ा जी लै आंदा अपने प्रिंसीपल सुरबीर सिंह जी उन्होंने बहुत नेड़े सन, ये भी तुम जानते ही होवोगे क्योंकि इतों के रहने वाले सन। मैनू प्रिंसीपल सुरबीर सिंह जी कहन लगे सिंह साहब आपां